ਨਾਭਾ ਦੀ ਮਸ਼ਹੂਰ ਪ੍ਰੀਤ ਕੰਬਾਈਨ ਇੰਡਸਟਰੀ ਵਿੱਚ ਭਿਆਨਕ ਅੱਗ ਲੱਗਣ ਨਾਲ ਕਰੋੜਾਂ ਦਾ ਨੁਕਸਾਨ ਹੋਣ ਦੀ ਖਬਰ ਹੈ। ਹਾਲਾਂਕਿ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਉੱਤੇ ਕਾਬੂ ਪਾ ਲਿਆ ਏ। ਐਸਡੀਐਮ ਨਾਭਾ ਕਾਲਾ ਰਾਮ ਕਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਗਰਮੀ ਕਾਰਨ ਸ਼ਾਰਟ ਸਰਕਟ ਹੋਣ ਨਾਲ ਲੱਗੀ ਹੈ, ਜਿਸ ਨੇ ਇੰਡਸਟਰੀ ਦੇ ਕਾਫੀ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਏ। ਡੀਐਸਪੀ ਸਾਹਿਬ ਮੌਕਾ ਦੇਖਣ ਜਾ ਰਹੇ ਸੀ, ਰੋਡ ਤੋਂ ਲੰਘ ਰਹੇ ਸੀ ਤਾਂ ਨੋਟਿਸ ਦੇ ਵਿੱਚ ਆਇਆ ਵੀ ਪ੍ਰੀਤ ਕੰਬਾਈਨ ਜੋ ਯੂਨਿਟ ਹੈ ਇਹਦੇ ਵਿੱਚ ਅੱਗ ਲੱਗੀ ਹੋਈ ਹੈ ਭਾਰੀ। ਅਸੀਂ ਫਿਰ ਮੌਕੇ 'ਤੇ ਆ ਕੇ ਦੇਖਿਆ, ਨਾਲ ਦੀ ਨਾਲ ਅਸੀਂ ਜੋ ਫਾਇਰ ਬ੍ਰਿਗੇਡ ਲੋਕਲਸ ਨੇ ਸਾਡੇ ਕੋਲ ਦੋ, ਉਹ ਤਾਂ ਮੌਕੇ 'ਤੇ ਪਹੁੰਚ ਗਈਆਂ। ਅਸੀਂ ਪਟਿਆਲੇ ਤੋਂ ਵੀ ਮੰਗਵਾਈ ਹੈ ਅਤੇ ਸਮਾਣੇ ਤੋਂ ਵੀ ਮੰਗਵਾਈ ਹੈ ਜੀ। ਜੇ ਜ਼ਰੂਰਤ ਮਹਿਸੂਸ ਹੋਏਗੀ ਤਾਂ ਅਸੀਂ ਗੋਬਿੰਦਗੜ੍ਹ ਮੰਡੀ ਤੋਂ ਵੀ ਮੰਗਵਾ ਲਾਂਗੇ। ਨਾਭਾ ਤੋਂ ਹਰਮੀਤ ਮਾਨ ਦੀ ਰਿਪੋਰਟ, ਪੰਜਾਬ ਟੂਡੇ।